ਅੱਧੀ ਰਾਤ ਨੂੰ ਕੁਝ ਬਦਮਾਸ਼ਾਂ ਦੇ ਵੱਲੋਂ ਇੱਕ ਘਰ ਤੇ ਹਮਲਾ ਕੀਤਾ ਗਿਆ। ਇੱਟਾਂ ਰੋੜੇ ਵਰਸਾਏ ਗਏ ਨੇ। ਸੀਸੀਟੀਵੀ ਕੈਮਰੇ ਦੇ ਵਿੱਚ ਇਹ ਬਦਮਾਸ਼ ਕੈਦ ਹੋਏ ਨੇ ਜਿਨ੍ਹਾਂ ਨੇ ਰਾਤ ਨੂੰ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਅੰਮ੍ਰਿਤਸਰ ਦੇ ਨਾਰਾਇਣਗੜ੍ਹ ਦੀ ਇਹ ਵੀਡੀਓ ਹੈ। ਪੁਲਿਸ ਦੇ ਵੱਲੋਂ ਇਹਨਾਂ ਸੀਸੀਟੀਵੀ ਤਸਵੀਰਾਂ ਨੂੰ ਆਧਾਰ ਬਣਾ ਕੇ ਇਹਨਾਂ ਬਦਮਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਪੁਰਾਣੀ ਕਿੜ ਕੱਢਣ ਦੇ ਲਈ ਇਹਨਾਂ ਬਦਮਾਸ਼ਾਂ ਦੇ ਵੱਲੋਂ ਅੱਧੀ ਰਾਤ ਨੂੰ ਇੱਕ ਘਰ ਤੇ ਹਮਲਾ ਕੀਤਾ ਗਿਆ। ਇੱਟਾਂ ਰੋੜੇ ਵਰਸਾਏ ਗਏ ਨੇ ਔਰ ਕੈਮਰੇ ਦੇ ਵਿੱਚ ਇਹਨਾਂ ਦਾ ਪੂਰਾ ਕਾਰਨਾਮਾ ਕੈਦ ਹੋਇਆ। ਅੰਮ੍ਰਿਤਸਰ ਦੇ ਨਾਰਾਇਣਗੜ੍ਹ ਦੀ ਇਹ ਪੂਰੀ ਵੀਡੀਓ ਹੈ। ਅੱਧੀ ਰਾਤ ਨੂੰ ਕੁਝ ਬਦਮਾਸ਼ਾਂ ਦੇ ਵੱਲੋਂ ਇੱਕ ਘਰ ਤੇ ਹਮਲਾ ਕੀਤਾ ਗਿਆ। ਇੱਟਾਂ ਰੋੜੇ ਵਰਸਾਏ ਗਏ ਨੇ। ਸੀਸੀਟੀਵੀ ਕੈਮਰੇ ਦੇ ਵਿੱਚ ਇਹ ਬਦਮਾਸ਼ ਕੈਦ ਹੋਏ ਨੇ ਜਿਨ੍ਹਾਂ ਨੇ ਰਾਤ ਨੂੰ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਅੰਮ੍ਰਿਤਸਰ ਦੇ ਨਾਰਾਇਣਗੜ੍ਹ ਦੀ ਇਹ ਵੀਡੀਓ ਹੈ। ਪੁਲਿਸ ਦੇ ਵੱਲੋਂ ਇਹਨਾਂ ਸੀਸੀਟੀਵੀ ਤਸਵੀਰਾਂ ਨੂੰ ਆਧਾਰ ਬਣਾ ਕੇ ਇਹਨਾਂ ਬਦਮਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਪੁਰਾਣੀ ਕਿੜ ਕੱਢਣ ਦੇ ਲਈ ਇਹਨਾਂ ਬਦਮਾਸ਼ਾਂ ਦੇ ਵੱਲੋਂ ਇੱਕ ਘਰ ਤੇ ਹਮਲਾ ਕੀਤਾ ਗਿਆ। ਇੱਟਾਂ ਰੋੜੇ ਵਰਸਾਏ ਗਏ ਨੇ ਔਰ ਕੈਮਰੇ ਦੇ ਵਿੱਚ ਇਹਨਾਂ ਦਾ ਪੂਰਾ ਕਾਰਨਾਮਾ ਕੈਦ ਹੋਇਆ। ਅੰਮ੍ਰਿਤਸਰ ਦੇ ਨਾਰਾਇਣਗੜ੍ਹ ਦੀ ਇਹ ਪੂਰੀ ਵੀਡੀਓ ਹੈ। ਮੈਂ ਅੰਗਰੇਜ਼ ਸਿੰਘ, ਨਾਰਾਇਣਗੜ੍ਹ, ਗੁਰੂ ਅਮਰਦਾਸ ਕਲੋਨੀ ਰਹਿਣ ਵਾਲਾ। ਰਾਤ ਤਕਰੀਬਨ ਥਮਾਂ 11:30 ਤੋਂ 12 ਵਜੇ ਦੇ ਵਿੱਚ ਕੋਈ ਅਣਪਛਾਤੇ ਬੰਦੇ, ਕੁਝ ਜਾਣਦੇ ਵੀ ਹੈ ਜਿਨ੍ਹਾਂ ਨੂੰ ਮਨੀ ਧਨੀਆ ਅਤੇ ਪੰਮਾ ਨਿੱਕੂ ਪੀਰ, ਉਹਦੇ ਨਾਲ 3-4 ਬੰਦੇ, ਉਹੀ ਨਾ ਹੀ ਜਾਣਦੇ, 12-13 ਬੰਦੇ ਨੇ, ਸਾਡੇ ਘਰ 'ਤੇ ਆਣ ਕੇ ਹਮਲਾ ਬੋਲਤਾ। ਇੱਟਾਂ ਰੋੜੇ ਚਲਾਏ, ਸੋ ਗੱਡੀ ਸਾਡੀ ਵੀ ਭੰਨ ਗਏ ਨੇ ਅਤੇ ਜਾਂਦੀ ਰਾਹ ਫਿਰ ਸਾਨੂੰ ਧਮਕੀਆਂ ਦੇ ਕੇ ਤੁਹਾਨੂੰ ਜਾਣ ਤੋਂ ਮਾਰਨਾ। ਅਸੀਂ ਜਾ ਕੇ ਪੁਲਿਸ ਦੀ ਕੰਪਲੇਂਟ ਲਿਖਾਈ ਆ ਅਤੇ ਪੁਲਿਸ ਆਉਂਦਿਆਂ ਦੇ ਸਵੇਰੇ ਆਵਾਂਗੇ ਜੀ, ਅਤੇ ਸਾਨੂੰ ਜਾਲਮਾਲ ਦੀ ਰਾਖੀ ਸਾਡੀ ਸੁਣਾਈ ਕੀਤੀ ਜਾਵੇ, ਜੋ ਬਣਦੀ ਕਾਰਵਾਈ ਉਹਨਾਂ ਦੇ ਕਾਨੂੰਨੀ ਕੀਤੀ ਜਾਵੇ। 9 ਮੇਰੇ ਨੂੰ ਵੀ ਸੱਟਾਂ ਲੱਗੀਆਂ ਜੀ ਅਤੇ ਸਾਡੇ ਮੁੰਡੇ ਨੂੰ ਵੀ ਲੱਗੀਆਂ। ਅੱਧੀ ਰਾਤ ਨੂੰ ਕੁਝ ਬਦਮਾਸ਼ਾਂ ਦੇ ਵੱਲੋਂ ਇੱਕ ਘਰ ਤੇ ਹਮਲਾ ਕੀਤਾ ਗਿਆ। ਇੱਟਾਂ ਰੋੜੇ ਵਰਸਾਏ ਗਏ ਨੇ। ਸੀਸੀਟੀਵੀ ਕੈਮਰੇ ਦੇ ਵਿੱਚ ਇਹ ਬਦਮਾਸ਼ ਕੈਦ ਹੋਏ ਨੇ ਜਿਨ੍ਹਾਂ ਨੇ ਰਾਤ ਨੂੰ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਅੰਮ੍ਰਿਤਸਰ ਦੇ ਨਾਰਾਇਣਗੜ੍ਹ ਦੀ ਇਹ ਵੀਡੀਓ ਹੈ। ਪੁਲਿਸ ਦੇ ਵੱਲੋਂ ਇਹਨਾਂ ਸੀਸੀਟੀਵੀ ਤਸਵੀਰਾਂ ਨੂੰ ਆਧਾਰ ਬਣਾ ਕੇ ਇਹਨਾਂ ਬਦਮਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਪੁਰਾਣੀ ਕਿੜ ਕੱਢਣ ਦੇ ਲਈ ਇਹਨਾਂ ਬਦਮਾਸ਼ਾਂ ਦੇ ਵੱਲੋਂ ਅੱਧੀ ਰਾਤ ਨੂੰ ਇੱਕ ਘਰ ਤੇ ਹਮਲਾ ਕੀਤਾ ਗਿਆ। ਇੱਟਾਂ ਰੋੜੇ ਵਰਸਾਏ ਗਏ ਨੇ ਔਰ ਕੈਮਰੇ ਦੇ ਵਿੱਚ ਇਹਨਾਂ ਦਾ ਪੂਰਾ ਕਾਰਨਾਮਾ ਕੈਦ ਹੋਇਆ। ਅੰਮ੍ਰਿਤਸਰ ਦੇ ਨਾਰਾਇਣਗੜ੍ਹ ਦੀ ਇਹ ਪੂਰੀ ਵੀਡੀਓ ਹੈ। ਅੱਧੀ ਰਾਤ ਨੂੰ ਕੁਝ ਬਦਮਾਸ਼ਾਂ ਦੇ ਵੱਲੋਂ ਇੱਕ ਘਰ ਤੇ ਹਮਲਾ ਕੀਤਾ ਗਿਆ। ਇੱਟਾਂ ਰੋੜੇ ਵਰਸਾਏ ਗਏ ਨੇ। ਸੀਸੀਟੀਵੀ ਕੈਮਰੇ ਦੇ ਵਿੱਚ ਇਹ ਬਦਮਾਸ਼ ਕੈਦ ਹੋਏ ਨੇ ਜਿਨ੍ਹਾਂ ਨੇ ਰਾਤ ਨੂੰ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਅੰਮ੍ਰਿਤਸਰ ਦੇ ਨਾਰਾਇਣਗੜ੍ਹ ਦੀ ਇਹ ਵੀਡੀਓ ਹੈ। ਪੁਲਿਸ ਦੇ ਵੱਲੋਂ ਇਹਨਾਂ ਸੀਸੀਟੀਵੀ ਤਸਵੀਰਾਂ ਨੂੰ ਆਧਾਰ ਬਣਾ ਕੇ ਇਹਨਾਂ ਬਦਮਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਪੁਰਾਣੀ ਕਿੜ ਕੱਢਣ ਦੇ ਲਈ ਇਹਨਾਂ ਬਦਮਾਸ਼ਾਂ ਦੇ ਵੱਲੋਂ ਇੱਕ ਘਰ ਤੇ ਹਮਲਾ ਕੀਤਾ ਗਿਆ। ਇੱਟਾਂ ਰੋੜੇ ਵਰਸਾਏ ਗਏ ਨੇ ਔਰ ਕੈਮਰੇ ਦੇ ਵਿੱਚ ਇਹਨਾਂ ਦਾ ਪੂਰਾ ਕਾਰਨਾਮਾ ਕੈਦ ਹੋਇਆ। ਅੰਮ੍ਰਿਤਸਰ ਦੇ ਨਾਰਾਇਣਗੜ੍ਹ ਦੀ ਇਹ ਪੂਰੀ ਵੀਡੀਓ ਹੈ। ਮੈਂ ਅੰਗਰੇਜ਼ ਸਿੰਘ, ਨਾਰਾਇਣਗੜ੍ਹ, ਗੁਰੂ ਅਮਰਦਾਸ ਕਲੋਨੀ ਰਹਿਣ ਵਾਲਾ। ਰਾਤ ਤਕਰੀਬਨ ਥਮਾਂ 11:30 ਤੋਂ 12 ਵਜੇ ਦੇ ਵਿੱਚ ਕੋਈ ਅਣਪਛਾਤੇ ਬੰਦੇ, ਕੁਝ ਜਾਣਦੇ ਵੀ ਹੈ ਜਿਨ੍ਹਾਂ ਨੂੰ ਮਨੀ ਧਨੀਆ ਅਤੇ ਪੰਮਾ ਨਿੱਕੂ ਪੀਰ, ਉਹਦੇ ਨਾਲ 3-4 ਬੰਦੇ, ਉਹੀ ਨਾ ਹੀ ਜਾਣਦੇ, 12-13 ਬੰਦੇ ਨੇ, ਸਾਡੇ ਘਰ 'ਤੇ ਆਣ ਕੇ ਹਮਲਾ ਬੋਲਤਾ। ਇੱਟਾਂ ਰੋੜੇ ਚਲਾਏ, ਸੋ ਗੱਡੀ ਸਾਡੀ ਵੀ ਭੰਨ ਗਏ ਨੇ ਅਤੇ ਜਾਂਦੀ ਰਾਹ ਫਿਰ ਸਾਨੂੰ ਧਮਕੀਆਂ ਦੇ ਕੇ ਤੁਹਾਨੂੰ ਜਾਣ ਤੋਂ ਮਾਰਨਾ। ਅਸੀਂ ਜਾ ਕੇ ਪੁਲਿਸ ਦੀ ਕੰਪਲੇਂਟ ਲਿਖਾਈ ਆ ਅਤੇ ਪੁਲਿਸ ਆਉਂਦਿਆਂ ਦੇ ਸਵੇਰੇ ਆਵਾਂਗੇ ਜੀ, ਅਤੇ ਸਾਨੂੰ ਜਾਲਮਾਲ ਦੀ ਰਾਖੀ ਸਾਡੀ ਸੁਣਾਈ ਕੀਤੀ ਜਾਵੇ, ਜੋ ਬਣਦੀ ਕਾਰਵਾਈ ਉਹਨਾਂ ਦੇ ਕਾਨੂੰਨੀ ਕੀਤੀ ਜਾਵੇ। 9 ਮੇਰੇ ਨੂੰ ਵੀ ਸੱਟਾਂ ਲੱਗੀਆਂ ਜੀ ਅਤੇ ਸਾਡੇ ਮੁੰਡੇ ਨੂੰ ਵੀ ਲੱਗੀਆਂ।